ਆਰਮੀ ਦੇ ਪੁਲਿਸ ਦੇ ਲਗਾਏ ਆ ਉਹ ਲਾ ਲਓ, ਨਹੀਂ ਤਾਂ ਸਾਡੇ ਵੱਲੋਂ ਫਿਰ ਉਹਨਾਂ ਨੇ ਚਲਾਨ ਕੱਟੇ ਜਾਣਗੇ। ਬਕਾਇਦਾ ਔਰ ਉਹਨਾਂ ਨੂੰ ਮੇਰੀ ਇਹੋ ਹਿਦਾਇਤ ਆ ਵੀ ਆਪਣੇ ਜਿਹੜੇ ਪੁਲਿਸ ਦੇ ਸਟਿੱਕਰ ਲਾਏ ਦੇ ਆ, ਪੁਲਿਸ ਪੈਜ ਦੇ ਸਟਿੱਕਰ ਲਾਏ ਦੇ ਆ, ਇਹਨੂੰ ਲਾ ਦਿੱਤਾ ਜਾਓ ਕਿਉਂਕਿ ਮਾਣਯੋਗ ਹਾਈ ਕੋਰਟ ਦੀਆਂ ਵੀ ਸਟੈਕਸ਼ਨ ਇਹੋ ਹੈਗੀਆਂ ਵੀ ਇਹ ਸਟਿੱਕਰ ਨਹੀਂ ਲਾਏ। ਮੈਂ ਅੱਜ ਆਪਣੀ ਟੀਮ ਨਾਲ ਅਤੇ SSP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਆਪਣੀ ਟੀਮ ਨੂੰ ਲੈ ਕੇ ਮੈਂ ਖਾਸ ਕਰਕੇ ਬੱਬਰੀ ਬਾਈਪਾਸ ਹੈ ਜਿੱਥੋਂ ਲੋਕ ਰੋਂਗ ਸਾਈਡ ਤੋਂ ਹੋਸਪਿਟਲ ਦਾ ਰੋਂਗ ਸਾਈਡ 'ਤੇ ਆਉਂਦੇ ਜਿੱਥੇ ਐਕਸੀਡੈਂਟ ਦਾ ਕਾਰਨ ਬਣਦੇ ਆ, ਉੱਥੇ ਨਾਕਾ ਲਗਾ ਕੇ ਲੋਕਾਂ ਨੂੰ ਅੱਜ ਅਵੇਅਰ ਕੀਤਾ ਵਾ। ਚਲਾਨ ਨਹੀਂ ਉਹਨਾਂ ਦੇ ਕਿਤੇ ਵੀ ਤੁਹਾਡਾ ਜਿਹੜਾ ਸਹੀ ਰਸਤਾ ਵਾ ਉਹ ਪੁਲ ਦੇ ਥੱਲੋਂ ਦੀ ਹੋ ਕੇ ਆਉਣਾ ਵਾ, ਨਾ ਕਿ ਤੁਸੀਂ ਇੱਧਰੋਂ ਦੀ ਰੋਂਗ ਸਾਈਡ 'ਤੇ ਆਓਗੇ ਅਤੇ ਫਿਰ ਐਕਸੀਡੈਂਟ ਦਾ ਕਾਰਨ ਬਣਦਾ, ਕਿਉਂਕਿ ਉਹ ਗੱਡੀਆਂ ਜਿਹੜੀਆਂ ਪਠਾਨਕੋਟ ਸਾਈਡ ਤੋਂ ਆਉਂਦੀਆਂ ਉਹ ਕਾਫੀ ਸਪੀਡ 'ਤੇ ਆਉਂਦੀਆਂ ਵਾ, ਉਹਨਾਂ ਦੀ ਬ੍ਰੇਕ ਕਈ ਵਾਰੀ ਨਹੀਂ ਲੱਗਦੀ, ਵੱਡੇ ਵੱਡੇ ਟਰਾਲੇ ਆਉਂਦੇ ਆ ਔਰ ਜਿਹੜੇ ਐਕਸੀਡੈਂਟ ਦਾ ਕਾਰਨ ਬਣਦੇ, ਖਾਸ ਕਰਕੇ ਮੋਟਰਸਾਈਕਲ ਜਿਹੜੇ ਉਹਨਾਂ ਦੀ ਸਪੀਡ 'ਚ ਆ ਜਾਂਦੇ ਆ ਔਰ ਐਕਸੀਡੈਂਟ ਦਾ ਕਾਰਨ ਬਣਦੇ, ਉਹਨਾਂ ਨੂੰ ਅਵੇਅਰ ਕੀਤਾ ਗਿਆ ਲੋਕਾਂ ਨੂੰ ਵੀ ਇੱਧਰ ਦੀ ਨਾ ਆਓ। ਸਰ ਜ਼ਿਆਦਾਤਰ ਦੇਖਣ ਦੇ ਵਿੱਚ ਆ ਰਿਹਾ ਕਿ ਕਈ ਲੋਕਾਂ ਵੱਲੋਂ ਜਿਹੜਾ ਕਿ ਪ੍ਰੈਸ ਵਗੈਰਾ ਪੁਲਿਸ ਦੇ ਇਹੋ ਜਿਹੇ ਸਟਿੱਕਰ ਬੜੇ ਲਗਾਏ ਗਏ ਆ, ਉਹਨਾਂ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੋ ਹੀ ਸੁਝਾਅ ਦੇਣਾ ਚਾਹੁੰਦਾ ਵਾਂ ਵੀ ਜਿਹੜੇ ਸਟਿੱਕਰ ਜਿਹੜੇ ਤੁਸੀਂ ਆਰਮੀ ਦੇ ਪੁਲਿਸ ਦੇ ਲਗਾਏ ਆ ਉਹ ਲਾ ਲਓ, ਨਹੀਂ ਤਾਂ ਸਾਡੇ ਵੱਲੋਂ ਫਿਰ ਉਹਨਾਂ ਦੇ ਚਲਾਨ ਕੱਟੇ ਜਾਣਗੇ ਬਕਾਇਦਾ। ਔਰ ਉਹਨਾਂ ਨੂੰ ਮੇਰੀ ਇਹੋ ਹਿਦਾਇਤ ਆ ਵੀ ਆਪਣੇ ਜਿਹੜੇ ਪੁਲਿਸ ਦੇ ਸਟਿੱਕਰ ਲਾਏ ਦੇ ਆ, ਕੋਈ ਸਪੈਜ ਦੇ ਸਟਿੱਕਰ ਲਾਏ ਦੇ ਆ, ਇਹਨੂੰ ਲਾ ਦਿੱਤਾ ਜਾਓ ਕਿਉਂਕਿ ਮਾਣਯੋਗ ਹਾਈ ਕੋਰਟ ਦੀਆਂ ਵੀ ਸਟੈਕਸ਼ਨ ਇਹੋ ਹੈਗੀਆਂ ਵੀ ਇਹ ਸਟਿੱਕਰ ਨਹੀਂ ਲਾਏ ਜਾਣਗੇ। ਸਰ ਅੱਜ ਕਿਹੜੇ ਕਿਹੜੇ ਚੌਂਕਾਂ ਦੇ ਵਿੱਚ ਚਲਾਨ ਕੀਤੇ ਗਏ ਤੁਹਾਡੇ ਵੱਲੋਂ? ਅੱਜ ਸਬਜ਼ੀ ਮੰਡੀ ਚੌਂਕ, ਬਾਟਾ ਚੌਂਕ, ਜਹਾਜ਼ ਚੌਂਕ, ਬੱਬਰੀ ਬਾਈਪਾਸ 'ਤੇ। ਸਰ ਕਿੰਨੇ ਕੁ ਚਲਾਨ ਕੀਤੇ ਗਏ ਹੁਣ ਤੱਕ? ਅੱਜ ਮੇਰਾ ਫੋਕਸ ਜ਼ਿਆਦਾ ਬੁਲਟ ਮੋਟਰਸਾਈਕਲ ਦੇ ਉੱਤੇ ਰਿਹਾ, ਜਿਨ੍ਹਾਂ ਦੇ ਵਿੱਚ ਮੈਂ 3 ਮੋਟਰਸਾਈਕਲ ਜਿਹੜੇ ਬਾਉਂਡ ਕੀਤੇ ਬੁਲਟ ਔਰ 5-6 ਦੇ ਚਲਾਨ ਕੱਟੇ ਆ, ਬਾਕੀ ਬਹੁਤਿਆਂ ਨੂੰ ਅਵੇਅਰ ਕਰਕੇ ਔਰ ਵਾਰਨਿੰਗ ਦੇ ਕੇ ਛੱਡਿਆ ਗਿਆ ਵਾ ਵੀ ਬੁਲਟ ਮੋਟਰਸਾਈਕਲ ਪਟਾਕੇ ਨਹੀਂ ਮਾਰਨੇ, ਸਲੰਸਰ ਚੇਂਜ ਨਹੀਂ ਕਰਨੇ। ਔਰ ਕੱਲ੍ਹ ਤੋਂ ਮੈਂ ਇਹ ਕੁਛ ਹੋਰ ਮੁਹਿੰਮ ਸ਼ੁਰੂ ਕਰਾਂਗਾ ਵੀ ਜਿਹੜੇ ਸਲੰਸਰ ਲਵਾ ਕੇ ਸਲੰਸਰ ਨੂੰ ਡਿਸਟਰਾਏ ਕਰਾਂਗੇ, ਉਹਨਾਂ ਨੂੰ ਤੋੜਿਆ ਜਾਏਗਾ, ਉਹਨਾਂ ਨੂੰ ਬਿਲਕੁਲ ਕੰਡਮ ਕੀਤਾ ਜਾਏਗਾ ਵੀ ਇਹ ਦੁਬਾਰਾ ਨਾ ਲੱਗਣ।